ਤਸਵੀਰਾਂ ਤਾਂ ਤੁਸੀਂ ਦੇਖ ਹੀ ਲਈਆਂ ਕਿ ਕਿਵੇਂ ਦੋ ਗੁੱਟ ਇੱਕ ਦੂਸਰੇ ਦੀ ਜਾਨ ਲੈਣ ਪਿੱਛੇ ਤੁਲੇ ਹੋਏ ਨੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਨੇ। ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਿਹੜੀਆਂ ਇਹ ਲੁਧਿਆਣਾ ਦੇ GK ਸਟੇਟ ਯਾਨੀ ਕਿ ਟਿੱਬਾ ਰੋਡ ਦੇ ਨੇੜਿਓਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪਰਿਵਾਰਕ ਮਸਲਿਆਂ ਦੇ ਚੱਲਦੇ ਦੋ ਗੁੱਟ ਆਪਸ ਦੇ ਵਿੱਚ ਲੜ ਪਏ ਨੇ। ਦਰਅਸਲ ਇੱਕ ਪਰਿਵਾਰ ਜਿੱਥੇ ਕੁਝ ਸਾਲ ਪਹਿਲਾਂ ਇੱਕ ਮੁੰਡਾ ਵਿਆਹਿਆ ਗਿਆ, ਉਸਦੀ ਨੂੰਹ ਘਰ ਆਈ, ਬਾਅਦ ਦੇ ਵਿੱਚ ਉਹ ਕਿਸੇ ਹੋਰ ਦੇ ਨਾਲ ਰਹਿਣ ਲੱਗ ਪਈ। ਪਰਿਵਾਰ ਦੇ ਇਹ ਦੋਸ਼ ਨੇ ਕਿ ਉਸ ਨੂੰਹ ਦੇ ਵੱਲੋਂ ਆਪਣੇ ਭਰਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਰਲ ਕੇ ਉਹਨਾਂ 'ਤੇ ਹਮਲਾ ਕਰਵਾਇਆ ਗਿਆ ਹੈ। ਤਸਵੀਰਾਂ ਤੁਸੀਂ ਦੇਖ ਹੀ ਲਈਆਂ ਕਿ ਕਿਵੇਂ ਦੋਨੇ ਪਾਸੇ ਤੋਂ ਇੱਕ ਦੂਜੇ 'ਤੇ ਹਮਲਾ ਕੀਤਾ ਗਿਆ। ਪਹਿਲਾਂ ਇੱਕ ਕਾਲੀ ਹੁੱਡੀ ਦੇ ਵਿੱਚ ਨੌਜਵਾਨ ਅੱਗੇ ਨੂੰ ਵੱਧਦਾ ਹੈ, ਇੱਟਾਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾਲ ਹੀ ਘਰ ਦੇ ਵਿੱਚੋਂ ਦੂਜਾ ਨੌਜਵਾਨ ਨਿਕਲ ਕੇ ਉਸ 'ਤੇ ਡੰਡਿਆਂ ਦੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਦੋਨੇ ਗੁੱਟ ਆਪਸ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਲੜਦੇ ਨੇ। CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਸ ਦੀਆਂ, ਪਰ ਤੁਹਾਨੂੰ ਮੋਬਾਈਲ ਵਾਲੀਆਂ ਤਸਵੀਰਾਂ ਦਿਖਾ ਰਹੇ ਹਾਂ, ਜਿਸ ਦੇ ਵਿੱਚ ਸਾਫ਼ ਸਾਫ਼ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ ਕਿ ਲੜਾਈ ਦਾ ਅਸਲ ਕਾਰਨ ਕੀ ਹੈ। ਬਾਕੀ ਪਰਿਵਾਰਕ ਮੈਂਬਰਾਂ ਤੋਂ ਵੀ ਜਾਣਦੇ ਹਾਂ ਕਿ ਕਿਸ ਗੱਲ ਤੋਂ ਇੰਨੀ ਭਿਆਨਕ ਲੜਾਈ ਹੋਈ ਅਤੇ ਹੁਣ ਜਿਹੜੇ ਨੌਜਵਾਨ ਨੇ ਇਲਜ਼ਾਮ ਲਗਾਏ ਨੇ ਉਸਦਾ ਇਹ ਵੀ ਕਹਿਣਾ ਹੈ ਕਿ ਉਸਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਦੇ GK ਸਟੇਟ ਕਲੋਨੀ ਤੋਂ ਸਾਹਮਣੇ ਆ ਰਹੀਆਂ ਨੇ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਮਾ ਸਿੰਘ ਹੈ ਜੀ। ਕੀ ਹੋਇਆ, ਕੀ ਅੱਜ ਮਾਮਲਾ ਕੀ ਹੈ? ਸਰ ਮੇਰੀ ਵਾਈਫ ਹੈਗੀ ਆ, ਕਿਸੇ ਬੰਦੇ ਨਾਲ ਰਹਿੰਦੀ ਹੈ ਜੀ, ਗੈਰ ਬੰਦੇ ਨਾਲ। ਉਹਨੇ ਅੱਜ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਹੋਏ ਨੂੰ? ਮੇਰੇ ਵਿਆਹ ਨੂੰ 4-5 ਸਾਲ ਹੋ ਗਏ ਜੀ। ਤੇ ਕਿੰਨੇ ਕੁ ਸਾਲ ਤੁਹਾਡੀ ਨਿਭੀ ਸਹੀ ਤਰੀਕੇ ਨਾਲ? ਮੇਰੀ ਸਹੀ ਤਰੀਕੇ ਨਾਲ ਨਿਭੀ ਸਾਲ ਜਿਹੜਾ ਸਮਾਂ ਸਮੇਂ ਨਿਭੀ ਹੈ ਜੀ। ਉਦੋਂ ਬਾਅਦ ਪੇਕੇ ਜ਼ਿਆਦਾ ਰਹਿੰਦੀ ਸੀ ਆਪਣੇ, ਅਤੇ ਪੇਕੇ ਰਹਿੰਦੀ ਸੀ ਉਹ, ਮੈਨੂੰ ਜੋ ਪਤਾ ਲੱਗਾ ਕਿ ਉਹ ਕਿਸੇ ਮੁੰਡੇ ਨਾਲ ਰਹਿੰਦੀ ਆ, ਆਉਂਦੀ ਆ ਜਾਂਦੀ, ਘੁੰਮਦੀ ਫਿਰਦੀ ਆ। ਮੈਂ ਯਾਰ ਦੋਸਤ ਦੱਸਿਆ ਮੇਰਿਆਂ ਨੇ, ਅਤੇ ਮੈਨੂੰ ਫੋਟੋਆਂ ਵੀ ਮਿਲੀਆਂ ਨੇ, ਬਾਹਰੋਂ ਫੋਟੋਆਂ ਭੇਜੀਆਂ ਕਿਸੇ ਯਾਰ ਦੋਸਤਾਂ ਨੇ। ਉਦੋਂ ਬਾਅਦ ਫਾਈਨਲ ਹੋ ਗਿਆ ਜੀ ਕਿ ਹਾਂ ਜੀ ਮੁੰਡੇ ਰਹਿੰਦੀ ਹੈ, ਅਤੇ ਇਹਨੂੰ ਮੈਂ ਗੱਲ ਕਰਨ ਦੀ ਕਿਹਾ ਕਿ ਮੈਂ ਕਿਹਾ ਤੂੰ ਰਹਿਣਾ ਜਿੰਨਾ ਮਰਜ਼ੀ ਦੇਈ ਚੜ, ਤੂੰ ਮੇਰਾ ਬੇਟਾ ਹੈਗਾ, ਮੈਂ ਕਿਹਾ ਵਾਪਸ ਕਰ ਦੇ ਮੈਨੂੰ, ਤੂੰ ਜਿੱਦਾਂ ਮਰਜ਼ੀ ਘੁੰਮ ਫਿਰ, ਮੈਨੂੰ ਟੈਨਸ਼ਨ ਨਹੀਂ ਹੈਗੀ। ਅਤੇ ਨਹੀਂ ਇਹਨੇ ਅੱਜ ਪਹਿਲਾਂ ਧਮਕੀਆਂ ਦਵਾਉਂਦੀ ਸੀ ਮੈਨੂੰ, ਬਾਹਮਣ ਤੋਂ ਰਾਹੁਲ ਬਾਹਮਣ ਨਾਂ ਦਾ ਮੁੰਡਾ ਹੀ ਉਹਨਾਂ ਰਹਿੰਦੀ ਆ, ਅਤੇ ਉਹਨੇ ਧਮਕੀਆਂ ਦਵਾਉਂਦੀ ਸੀ ਮੈਨੂੰ ਕਿਤੇ ਮਰਵਾ ਦਾਂਗੀ, ਇਹ ਕਰਾ ਦਾਂਗੀ, ਉਹ ਕਰਾ ਦਾਂਗੀ। ਇਹਨਾਂ ਨੇ CMC ਚੌਂਕ ਮੈਨੂੰ ਘੇਰਿਆ ਵੀ ਸੀਗਾ, ਮੈਂ ਇਕੱਲਾ ਸੀਗਾ, ਉਦੋਂ ਵੀ ਮੈਂ ਜਾ ਰਿਹਾ ਸੀ ਰਿਪੋਰਟ ਲਿਖਾਉਣਾ ਸੀ ਇਹਨਾਂ ਦੀ, ਪਰਚਾ ਕਰਨਾ ਸੀ, ਉਦੋਂ ਵੀ ਉਹਨੇ ਕਹੇ 15 ਮੁੰਡਿਆਂ ਨੇ ਘੇਰਿਆ ਸੀਗਾ, ਉਦੋਂ ਆਪਣੀ ਜਾਨ ਬਚਾਇਆ ਪੁੱਜਿਆ ਸੀਗਾ। ਅੱਜ ਇਹਨਾਂ ਨੇ 25-30 ਜ਼ਿਆਦਾ ਵੱਧ ਤੋਂ ਮੁੰਡੇ ਸੀਗੇ ਜੀ, ਜਿਹੜੇ ਅਣਪਛਾਤੇ ਮੈਨੂੰ ਨਹੀਂ ਪਛਾਣਿਆ ਨਾ, ਜਿਹਨਾਂ ਨੂੰ ਮੈਂ 1-2 ਮੁੰਡਿਆਂ ਨੂੰ ਜਾਣਦਾ ਵਾਂ, ਰਾਹੁਲ ਬਾਹਮਣ ਅਤੇ ਕਾਲਾ ਜੀ, ਕਾਲਾ ਮੇਰਾ ਸਾਡੂ ਹੈ ਜੀ। ਇਹਨਾਂ ਸਾਰਿਆਂ ਨੇ ਮਿਲ ਕੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ, ਜਦਕਿ ਇਹਨਾਂ ਨੇ ਮੈਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੈ ਜੀ। ਇਹਨਾਂ ਨੇ ਮੈਂ ਧਮਕੀਆਂ ਦਿੱਤੀਆਂ, ਤੁਹਾਨੂੰ ਗੋਲੀਆਂ ਮਾਰ ਦਾਂਗੇ, ਹੁਣ ਲੋੜ ਤਾਂ ਦਿਖਾਂਗੇ ਤੁਹਾਨੂੰ ਵਾਸਤੇ। ਹੁਣ ਡਰ ਲੱਗ ਰਿਹਾ? ਡਰ ਹੈਗਾ ਜੀ, ਥੋੜ੍ਹਾ ਬਹੁਤ ਡਰ ਤਾਂ ਹੈਗਾ, ਕਿਉਂਕਿ ਮੈਨੂੰ ਡਰ ਇਸ ਗੱਲ ਦਾ ਕਿ ਮੇਰੀ ਜਾਨ ਨੂੰ ਖਤਰਾ ਬਈ, ਮੈਂ ਕਿਤੇ ਕੰਮ ਕਰਨਾ ਹੁੰਦਾ, ਆਉਣਾ ਜਾਣਾ ਹੁੰਦਾ ਜੀ, ਫੈਮਲੀ ਮੈਂ ਇਕੱਲਾ, ਕਿਤੇ ਆਉਣਾ ਜਾਣਾ ਵੀ ਹੈਗਾ ਜੀ। ਮੰਗੇ ਸਰ ਇਹੀ ਆ, ਮੈਨੂੰ ਸੁਣਵਾਈ ਕੀਤੀ ਜਾਵੇ, ਮੈਨੂੰ ਸਾਫ਼ ਦਿੱਤਾ ਜਾਵੇ। ਇਸ ਤੋਂ ਪਹਿਲਾਂ ਵੀ ਕਰੀ ਇੱਦਾਂ ਹਮਲਾ ਵਗੈਰਾ ਤੋਂ ਜਾਂ ਕਿਤੇ ਰੋਕ ਕੇ? ਹਾਂਜੀ, ਇੱਕ ਵਾਰ ਤੁਹਾਨੂੰ ਕਿਹਾ ਹੋਇਆ ਸੀ ਮੈਨੂੰ, ਮੈਂ CMC ਤੋਂ ਆ ਰਿਹਾ ਸੀਗਾ ਜੀ, ਉਦੋਂ ਮੈਂ ਇਹਨਾਂ ਨੇ ਘੇਰਿਆ ਸੀਗਾ ਜੀ, 15-20 ਉਸ ਤੋਂ ਆਪਣੀ ਜਾਮ ਚਾਹ ਨਿਕਲਿਆ ਸੀਗਾ, ਉਦੋਂ ਮੈਂ ਰਿਪੋਰਟ ਵੀ ਕਟਾਈ ਸੀ ਇਹਨਾਂ ਦੀ ਮੈਂ, ਬਸ ਕਿ ਉਹਨਾਂ ਦਾ ਉਹ ਨਜਾਇਜ਼ ਪਰਚਾ ਮੇਰੇ 'ਤੇ ਪਿਆ ਗਿਆ। ਆਵਾਮ ਮੈਂ ਆਤੀ ਹੂੰ, ਸੋਸ਼ਲ ਵਰਕ ਹੂੰ, ਔਰ ਮੇਰਾ ਯਹੀ ਕਾਮ ਹੈ ਕਿ ਮੁਝੋ ਕਹੀਂ ਸੱਚ ਹੋ ਉਸਕਾ ਸਾਥ ਦੇਤੀ ਹੂੰ, ਆਪ ਲੋਗ ਵੀ ਮੇਰੇ ਸੇ ਵਾਕਿਫ ਹੋ, ਨਾ ਮੈਂ ਕੋਈ ਨੇਤਾ ਹੂੰ, ਨਾ ਮੈਂ ਕੋਈ ਬੜਾ ਕੋਈ ਬਿਜਨਸਮੈਨ ਹੂੰ, ਮੈਂ ਇੱਕ ਆਮ ਲੜਕੀ ਹੂੰ, ਔਰ ਬਹੁਤ ਮਤਲਬ ਇੱਕ ਸੋਸ਼ਲ ਵਰਕ ਕਰਤੀ ਹੂੰ। ਅੱਜ ਕੀ ਹੋਇਆ? ਅੱਜ ਇਹ ਹੋਇਆ ਥਾ ਕਿ ਮੈਂ ਇਸੀ ਕਲੋਨੀ ਮੈਂ ਰਹਿਤੀ ਹੂੰ, ਔਰ ਮੈਂ ਆਪਣੇ ਘਰ ਪੇ ਥੀ, ਜਿਸ ਤਰ੍ਹਾਂ ਸੇ ਮੁਹੱਲੇ ਵਾਲੋ ਨੇ ਇਹ ਬਾਤ ਕਹੀ ਕਿ ਬੁਰੀ ਤਰ੍ਹਾਂ ਸੇ ਲੋਕ ਆਏ ਹੋਏ ਹੈ, ਔਰ ਹਮਲਾ ਹੋ ਗਿਆ ਹਮਾਰੀ ਕਲੋਨੀ ਕੇ ਉੱਪਰ, ਤੋ ਦੇਖੋ ਸਭੀ ਲੋਕ ਅਗਰ ਤਮਾਸ਼ਾ ਦੇਖੇਂਗੇ ਤੋ ਬਚਾਏਂਗੇ ਕੌਣ, ਔਰ ਬਚੇਗਾ ਕੌਣ? ਮਸਲਾ ਤੋ ਇਨਕੇ ਘਰ ਕਾ ਆਪਸ ਕਾ ਥਾ, ਆਪ ਜਨਾਨੀਆਂ ਜਨਾਨੀਆਂ ਲੜ ਲੇਤੀ ਹੈ ਆਪਸ ਮੇਂ ਯਾ ਬਾਤੇ ਕਰ ਲੇਤੀ ਹੂੰ, ਇੱਕ ਅਲੱਗ ਮਸਲਾ ਥਾ, ਲੇਕਿਨ ਲੋਕੋ ਕੋ ਲਾਕਰ ਹਮਾਰੀ ਕਲੋਨੀ ਕੇ ਅੰਦਰ ਹਮਲਾ ਕਰਨਾ ਯਾ ਬਾਹਰ ਬਦਮਾਸ਼ੀ ਦਿਖਾਨਾ, ਯਹਾਂ ਪੱਥਰ ਔਰ ਕੁਰਬਾਨੋ ਕੋ ਲਾਕਰ ਹਮਲਾ ਕਰਨਾ, ਅੱਜ ਇਨ ਪੇ ਹੁਆ ਕੱਲ ਕੋ ਹਮ ਪੇ ਵੀ ਹੋ ਸਕਤਾ ਭਾਈ, ਹਮ ਖੁਦ ਸੇਫ ਨਹੀਂ ਸਮਝ ਰਹੇ ਆਪਣਾ ਆਪਕੋ, ਪਹਿਲੀ ਬਾਤ ਤੋ ਯੇ। ਕਿੰਨੇ ਕ ਬੰਦੇ ਆਏ ਸੀ? ਬੰਦੇ ਹੋਣਗੇ 40-45 ਸੇ ਵੀ ਉੱਪਰ ਹੀ ਹੋਣਗੇ ਜੀ ਬੰਦੇ। ਹਥਿਆਰ? ਬਿਲਕੁਲ, ਹਥਿਆਰ ਵੀ ਥੇ, ਪੱਥਰ ਵੀ ਥੇ। ਪਹਿਲੀ ਬਾਤ ਤੋ ਉਹਨਾਂ ਨੇ ਜਨਾਨੀਆਂ ਜਿਤਨੀ ਵੀ ਲੇਡੀਜ਼ ਥੀ ਉਨਕੀ ਜ਼ਬਾਨ ਇਤਨੀ ਗੰਦੀ ਥੀ ਕਿ ਵਾਪਸ ਮੇਂ ਇਨਕੋ ਲੇਡੀਜ਼ ਕੋ ਬਹਿਲਾ ਲਿਆ ਉਹਨਾਂ ਨੇ, ਫਿਰ ਉਸਕੇ ਬਾਅਦ ਮੈਂ ਉਹਨਾਂ ਨੇ ਬੰਦੇ ਇਕੱਠਾ ਕਰਨੇ ਕੇ ਬਾਅਦ ਮੈਂ ਅਭੀ ਜੋ 3-4 ਲੋਕ ਮੈਂ ਪੱਥਰੋਂ ਮੇਂ ਇਨਕੇ ਅੰਦਰ ਗਈ ਹੂੰ, ਮੇਰੇ ਹੱਥ ਮੇਂ ਖੁਦ ਕੇ ਚੋਟ ਲੱਗੀ ਹੋਈ ਹੈ ਬਚਾਨੇ ਮੇਂ, ਔਰ ਜੋ ਇਹ ਲੜਕੇ ਕੇ ਪਾਪਾ ਹੈ ਜੋ ਉਨਸੇ ਹਮਨੇ ਇਨਕੋ ਅੰਦਰ ਪਕੜ ਕੇ ਕੀਆ ਹੈ। ਲੱਗਦਾ ਇਹੋ ਜਿਹੇ ਮਾਹੌਲ ਚ ਸੁਰੱਖਿਅਤ? ਬਹੁਤ ਬੁਰਾ ਮਾਹੌਲ ਹੈ ਜੀ, ਔਰ ਇਹ ਅਗ ਜੋ ਮਾਹੌਲ ਹਮਨੇ ਆਪਣੀ ਆਂਖੋਂ ਸੇ ਦੇਖਾ ਹੈ, ਅਗਰ ਇਹ ਦੁਬਾਰਾ ਸੇ ਹੋ ਸਕਦਾ ਮੈਂ ਨਹੀਂ ਸਮਝਤੀ ਕਿ ਇਹ ਬਚ ਜਾਏਂਗੇ, ਕਿਉਂਕਿ ਖਤਰਾ ਬਹੁਤ ਬੜਾ ਹੈ, ਔਰ ਦੇਖੋ ਸਭੀ ਲੋਕ ਇਸ ਤਰ੍ਹਾਂ ਸੇ ਤਮਾਸ਼ਾ ਦੇਖ ਰਹੇ ਤੇ ਇਹ ਚੀਜ਼ ਗਲਤ। ਪ੍ਰਸ਼ਾਸਨ ਦੁਖੀ? ਪ੍ਰਸ਼ਾਸਨ ਸੇ ਯਹੀ ਮਾਂਗੇ ਕਿ ਅਗਰ ਇਸੀ ਤਰ੍ਹਾਂ ਸੇ ਬਦਮਾਸ਼ੀ ਹੋ ਰਹੀ ਹੈ ਤੋ ਹਮ ਕਹਾਂ ਜਾਏਂਗੇ, ਪੰਜਾਬ ਛੋੜ ਦੇ।
लुधियाना छोड़ दें, घरों में सेफ नहीं हम लोग, हम कॉलोनियों में सेफ नहीं है, हमको हले मोहल्ले छोड़ छोड़ के हम कॉलोनियों में आए, हम यहाँ पर सेफ नहीं है, हमारे तो खर्चा रहे हम नशा पत्ता चिट्टे करके तुम लोग हथियार लेकर आ रहे हो हमारे घरों पर, हम काय के लिए सेफ हैं? हम प्रशासन से एक ही बात कहेंगे, हमें इंसाफ मिले, और हम सब साथ हैं, सीधी सी बात है, हमें इंसाफ मिलना चाहिए, जो आज हुआ है ये किसी के साथ नहीं होना चाहिए, दैट्स इट। सर मैं देवेंद्र सिंह बोल रहा, जो कि मेरे भतीजे की सर टिब्बा रोड जीके स्टेट ब्लॉक सी है जी, की होया सी आज जिहड़ा तुहाडे दी लड़ाई लड़ी हुई कोई? सर मेरे भतीजे की कोर्ट मैरिज हुई सी जी, अज तो 4-5 साल पहला जी। अच्छा जी, असं ब्याह के लैके आए थे जी, उन्होंने ਵਿਆਹ ਕੇ ਅਸੀਂ ਉਹਨੂੰ ਘਰ ਵਿੱਚ ਰੱਖਿਆ, ਸਾਡੇ ਘਰ ਵਿੱਚ ਨਹੀਂ ਰਹੀ, ਕਿਸੇ ਉਹਦੇ ਹੋਰ ਮੁੰਡੇ ਨਾਲ ਗੱਲਬਾਤ ਚੱਲਦੀ ਸੀਗੀ ਜੀ। ਜਦੋਂ ਸਾਨੂੰ ਪਤਾ ਲੱਗਿਆ ਮੁੰਡੇ ਸਾਡੇ ਨੂੰ, ਉਹ ਕਹਿੰਦਾ ਜੀ ਮੈਂ ਨਹੀਂ ਰੱਖਣੀ ਜੀ ਇਹ, ਇਹਨੂੰ ਮੈਂ ਛੱਡ ਦੇਣਾ ਆ, ਉਹ ਸਾਡੇ ਕੋਲ ਜਾ ਕੇ ਜੀ ਬਾਹਰ ਮੁੰਡੇ ਨਾਲ ਰਹਿਣ ਲੱਗ ਗਈ ਜੀ, ਜਿੰਨਾ ਚਿਰ ਉਹ ਮੁੰਡੇ ਨਾਲ ਰਹੀ ਆ ਅਤੇ ਮੁੰਡੇ ਸਾਡੇ ਨੂੰ ਪਤਾ ਲੱਗਦਾ ਰੋਜ਼ ਮੁੰਡੇ ਦਾ ਖੂਨ ਗਰਭਸਥ ਹੋਣਾ ਜੀ, ਚਾਚਾ ਜੀ ਇੱਦਾਂ ਉੱਦਾਂ, ਮੈਂ ਕਿਹਾ ਨਹੀਂ ਬੇਟਾ ਆਪਾਂ ਲੜਨਾ ਨਹੀਂ ਹੈਗਾ, ਆਪਾਂ ਲੜਨ ਵਾਲੇ ਨਹੀਂ ਹੈਗੇ ਗੇ। ਅਤੇ ਜਦੋਂ ਤੁਸੀਂ ਦੇਖਿਆ ਸਿਸਟਮ ਉਹਨਾਂ ਦਾ, ਅੱਜ ਸਾਡੇ ਘਰ ਦੇ ਵਿੱਚ ਉਹਨਾਂ ਨੇ ਲੇਡੀਜ਼ ਲਿਆ ਕੇ ਨਾਲ, ਦੋ ਤਿੰਨ ਹੋਰ ਸੀ ਨਾਲ ਉਹਨਾਂ ਦੀਆਂ, ਲਿਆ ਕੇ ਸਾਡੇ ਘਰ ਦੇ ਮੂਹਰੇ ਉਹਨਾਂ ਨੇ ਖੜੀਆਂ ਕੀਤੀਆਂ ਅਤੇ ਸਾਡੀ ਲੇਡੀਜ਼ ਨੂੰ ਬਾਹਰ ਬੁਲਾਇਆ, ਸਾਡੇ ਘਰਦਿਆਂ ਨੂੰ ਬਾਹਰ ਬੁਲਾ ਕੇ ਜੀ ਉਹਨਾਂ ਨੂੰ ਕਹਿੰਦੇ ਜੀ ਇੱਦਾਂ ਤੁਹਾਡਾ ਮੁੰਡਾ ਜੇ ਆ ਵੋ ਆ, ਕਿਉਂਕਿ ਉਹ ਪੂਰੀ ਲੜਾਈ ਦੇ ਪਲੈਨਿੰਗ ਵਿੱਚ ਹੀ ਆਈਆਂ ਹੋਈਆਂ ਸੀਗੀਆਂ ਕਿ ਅਸੀਂ ਤੁਹਾਡੇ ਘਰ ਦੇ ਵਿੱਚ ਇੱਦਾਂ ਲੜਾਈ ਬੰਦਾ ਲੱਗਦਾ ਕਰਨ ਆਏ ਹੁੰਦੇ ਹੈ ਨਾ। ਲੜਾਈ ਕਰਦੇ ਕਰਦੇ ਉਹਨਾਂ ਨੇ ਬੰਦੇ ਹੋਰ ਬੁਲਾ ਲਏ ਜੀ, ਘੱਟੋ ਘੱਟ 30-40 ਮੁੰਡੇ ਸੀ ਜਿਨ੍ਹਾਂ ਨੇ ਸਾਡੇ ਘਰ ਦੇ ਉੱਤੇ ਆ ਕੇ ਹਮਲਾ ਕੀਤਾ, ਜਿਹਦੇ ਵਿੱਚ ਕਿ ਇੱਕ ਨਾਮ ਦਾ ਸੀਗਾ ਅਜੇ ਰਾਹੁਲ ਵਰਮਾ, ਬਾਹਮਣ ਰਾਹੁਲ ਵਰਮਾ, ਜਿਹੜਾ ਤੁਸੀਂ ਭਤੀਜੇ ਦੀ ਗੱਲ ਕਰ ਰਹੇ ਹੋ, ਇਹ ਕੀ ਕੰਮ ਕਰਦਾ? ਇਹ ਭਤੀਜਾ ਸਾਡਾ ਜੀ ਫਲੈਟ ਦਾ ਕੰਮ ਕਰਦਾ ਜੀ। ਅਤੇ ਕਿੰਨੇ ਕੁ ਸਾਲ ਇੱਥੇ ਰਹੀ ਆ ਕੁੜੀ? ਉਹ ਕੁੜੀ ਇੱਥੇ ਰਹੀ ਹੈ ਜੀ ਘੱਟੋ ਘੱਟ ਜੀ ਮੰਨ ਕੇ ਚੱਲੋ ਕੋਈ 6 ਮਹੀਨੇ ਪਹਿਲਾਂ ਰਹਿ ਗਈ ਸੀ, ਫਿਰ ਰਹਿ ਗਈ 3-4 ਮਹੀਨੇ, ਸਾਲ ਕੁ ਮਸਾਂ ਰਹੀ ਹੋਣੀ। ਜਦੋਂ ਇਹਨਾਂ ਦੀ ਕੋਈ ਇੱਦਾਂ ਦੀ ਗੱਲ ਚੱਲੀ ਤਾਂ ਪੁਲਿਸ ਨੂੰ ਕੋਈ ਕੰਪਲੇਂਟ ਵਗੈਰਾ ਦਿੱਤੀ? ਬਹੁਤ ਕੰਪਲੇਂਟਾਂ ਕੀਤੀਆਂ ਜੀ ਅਸੀਂ, ਬਹੁਤ ਜਗ੍ਹਾ ਵੂਮਨ ਸੈੱਲ ਸਾਡਾ ਕੇਸ ਵੀ ਚੱਲ ਰਿਹਾ ਜੀ। ਅਤੇ ਅੱਜ ਜਿਹੜੀ ਮਾਰਕੁੱਟ ਹੋਈ ਹੈ, ਇਹਦੇ ਵਿੱਚ ਕਿੰਨੇ ਕੁ ਬੰਦੇ ਕਾਇਲ ਹੋਏ ਆ, ਕਿੰਨੇ ਕੁ ਬੰਦਿਆਂ ਵੱਲੋਂ ਹਮਲਾ ਕੀਤਾ ਗਿਆ? ਉਹ ਦੇਖੋ ਜੀ, ਪਹਿਲਾਂ ਤਾਂ 3-4 ਜਣੀਆਂ ਜਨਾਨੀਆਂ ਸੀ ਸਾਡੀਆਂ, 2 ਜਨਾਨੀਆਂ ਨੂੰ ਬਾਹਰ ਬੁਲਾ ਕੇ ਗੱਲਾਂ ਗੁੱਲਾਂ ਮਾਰਦੇ ਰਹੀਆਂ, ਉਹਨਾਂ ਦੀ ਪਲੈਨਿੰਗ ਸੀਗੀ। ਗੋਪਾਲ ਨਗਰ ਚੌਂਕ ਦੇ ਵਿੱਚ ਉਹਨਾਂ ਨੇ ਮੁੰਡੇ ਖੜੇ ਕੀਤੇ ਸਾਰੇ ਲੜਨ ਵਾਸਤੇ ਸਾਡੇ ਘਰ ਦੇ ਲਈ, ਉੱਥੋਂ ਗੋਪਾਲ ਨਗਰ ਚੌਂਕ ਤੋਂ ਉਹਨਾਂ ਨੇ ਫੋਨ ਬੁਲਾ ਕੇ ਜੀ ਕੇ ਸਟੇਟ ਵਿੱਚ ਸਾਡੇ ਘਰ ਦੇ ਵਿੱਚ ਹਮਲਾ ਕੀਤਾ ਉਹਨਾਂ ਨੇ, ਜੋ ਇੱਟ ਬੱਟਾ ਪੱਥਰ ਸਭ ਉਹਨਾਂ ਨੇ ਰੱਜ ਕੇ ਚਲਾਇਆ ਜੀ। ਹਥਿਆਰ ਵਗੈਰਾ ਵੀ ਸੀਗੇ? ਹਥਿਆਰ ਉਹਨਾਂ ਕੋਲ ਸੀਗੇ ਜੀ, ਕਿਰਪਾਨਾਂ ਕਿਰਪੂਨਾਂ ਸੀਗੀਆਂ ਜੀ, ਦਾਤ ਸੀਗੇ ਅਤੇ ਡਾਂਗਾ ਡੂੰਗਾ ਸੀਗੀਆਂ, ਬਹੁਤ ਉਹਨਾਂ ਨੇ ਚਲਾਇਆ ਜੀ, ਪਿਸਟਲ ਵੀ ਉਹਨਾਂ ਦੇ ਕੋਲ ਸੀਗਾ ਜੀ। ਇਸ ਬਾਰੇ ਪੁਲਿਸ ਨੂੰ? ਉਹ ਜਨਾਨੀ ਨੇ ਜੀ, ਜਨਾਨੀਆਂ ਬਹੁਤ ਹੰਢੀ ਹੋਈਆਂ ਨੇ, ਉਹ ਜਨਾਨੀਆਂ ਨੇ ਸਾਡੇ ਘਰ ਦੇ ਵਿੱਚ ਲਿਆ ਕੇ ਹਮਲਾ ਜਾਣ ਕੇ ਕਰਾਇਆ, ਉਹਨਾਂ ਨੂੰ ਪਤਾ ਸੀ ਇਹਨਾਂ ਦੇ ਭਾਈ ਸਾਹਿਬ ਬਿਮਾਰ ਰਹਿੰਦੇ ਨੇ ਵੱਡੇ। ਕਿੰਨੇ ਵਜੇ ਦੀ ਘਟਨਾ ਜੀ? ਇਹ ਕੋਈ ਮੰਨ ਕੇ ਚੱਲੋ ਜੀ ਕੋਈ 12:30 ਦੇ ਵਿੱਚ। ਅੱਛਾ, ਅਤੇ ਇਸ ਬਾਰੇ ਪੁਲਿਸ ਨੂੰ ਦੱਸਿਆ ਜੀ? ਹਾਂਜੀ, ਪੁਲਿਸ ਨੂੰ ਇਤਲਾਹ ਕੀਤੀ ਹੈ ਜੀ ਅਸੀਂ। ਆਈ ਪੁਲਿਸ? ਆਈ ਪੁਲਿਸ ਆਈ ਜੀ ਸੀ, ਆ ਕੇ ਜੀ ਚਲੇ ਗਈ, ਉਹ ਕਹਿੰਦੇ ਜੀ ਤੁਸੀਂ ਸਾਨੂੰ MRI ਕਟਾ ਕੇ ਦਿਓ, ਫਿਰ ਅਸੀਂ ਸਵੇਰੇ ਕਾਰਵਾਈ ਪਾਵਾਂਗੇ। ਹੁਣ ਕੀ ਮੰਗ ਕਰਦੇ? ਅਸੀਂ ਪੁਲਿਸ ਵਾਲੇ ਕੋਲ ਇਨਸਾਫ ਮੰਗਦੇ ਹਾਂ ਜੀ।